ਪੰਜਾਬ ਵਿੱਚ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਨਾਈਟ ਕਰਫਿਊ ਦਾ ਐਲਾਨ ਕੀਤਾ ਗਿਆ ਤਾਂ ਜੋ ਲੋਕ ਘਰਾਂ ਤੋਂ ਬਾਹਰ ਨਾ ਨਿਕਲ ਸਕਣ ਪਰ ਇਸ ਦੇ ਬਾਵਜੂਦ ਲੋਕ ਅਕਸਰ ਰਾਤ ਵਿੱਚ ਕਰਫਿਊ ਦੀ ਉਲੰਘਣਾ ਕਰਦੇ ਨਜ਼ਰ ਆਉਂਦੇ ਨੇ ਅਜਿਹਾ ਹੀ ਮਾਮਲਾ ਜਲੰਧਰ ਵਿੱਚ ਦੇਖਣ ਨੂੰ ਮਿਲਿਆ ਜਿੱਥੇ ਇੱਕ ਥਾਣਾ ਮੁਖੀ ਨੂੰ ਕਰਫਿਊ ਦੀ ਉਲੰਘਣਾ ਕਰਨ ਵਾਲੇ ਨੌਜਵਾਨ ਨੂੰ ਰੋਕਣਾ ਮਹਿੰਗਾ ਪੈ ਗਿਆ ਅਤੇ ਉਸ ਨੌਜਵਾਨ ਨੇ ਪੁਲਿਸ ਵਾਲੇ ਦੀ ਵਰਦੀ ਪਾੜ ਦਿੱਤੀ ਅਤੇ ਉਹਨਾਂ ਨਾਲ ਕੁੱਟਮਾਰ ਵੀ ਕੀਤੀ। प्राप्त जानकारी अनुसार थाना जलंधर भार्गव कैंप थाना दे मुखी मुख भगवान सिंह पुलर दी रात मॉडल टाउन ऑफिस दे माता रानी चौक विच बैठे अपनी ड्यूटी निभा रहे सन जदे एक कार विच सवार चार पांच नौजवान उत्थे पहुंच गए। जदों मुलाजम ने उन्हां नूं कर्फ्यू दे उलंघण बारे पुछया तां उन्हां ने उस नाल होर भी झगड़ा करना शुरू कर दिता अते इस दौरान नौजवान ने पुलिस नाल कुटमार करनी शुरू कर दिती जिस तों बाद SHO नूं जख्मी हालत विच सिविल अस्पताल विच दाखिल करवाया गया। थाना मुखी मुख भगवंत सिंह पुलर ने दस्या कि जदों उसने नौजवानों नूं नाकाबंदी दौरान रोकिया तां उह पुछ रहे सन कि उह हुंदा कौन है उन्हां नूं रोकण वाला जिस तों बाद उसने उसनूं कुट्टिया उसकी बंदूक AK-47 नूं भी खोण की कोशिश की। नाइट डोमीनेशन उस संबंध च मेरी जॉन 2 दे विच चैकिंग वक्त ही 1:45 दा मैं चैकिंग करदा अपने इलाके थाने दे माता रानी चौंक के नज़दीक तीन चार लट्टे खड़े हैं जिन्होंने मैं पूछा कि तुम इतने कर रहे हैं एक कर्फ्यू लग चुका है ना कि कर्फ्यू कौन तीन कौन जी पूछो तो कहता मैं नेवी ऑफिसर हाँ ताड़ी कि मजदूरत है मैनू इतने रोकण की जा भेजन की मैं क्या साढ़े ड्यूटी आ तुम इतने कर रहे इतने गल करद उन्हें गल ही उस रही तो जो एक लड़के ने मेरे जो नक् जोर की किस्म मारता लगातार दूजे ने दो तीन किस्म जो जड़ते मैं अपना खून ब्लड जो आने लग गया मैं थले थोड़ा हो गया मतलब मेरे इतने नालद्या ने सारे रल के किसी नुकसान गोडे गाडे मेरी छाती इतने काफ़ी मेरे मैंने मेरे से हमला कर दिता मेरे कॉन्सटेबल अगे आई जी 47 उन्होंने भी हाथ मारे ਸਰ ਬੰਦੇ ਕਾਤੇ ਸੀਗੇ ਬੰਦੇ ਉਹ ਕਾਰਾਂ ਦੋ ਗੱਡੀਆਂ ਹੀ ਖੜੀਆਂ ਉੱਤੇ ਅਤੇ ਖੜੇ ਸੀ ਸਰ ਉਹਦੀ ਪਛਾਣ ਹੋਈ ਹੋਈ ਪਛਾਣ ਉਹਨਾਂ 'ਚੋਂ ਦੋ ਬੰਦੇ ਜਿਹੜੇ ਅਸੀਂ ਮੌਕੇ 'ਤੇ ਜ਼ਖਮੀ ਹਾਲ 'ਚ ਅਸੀਂ ਫੜ ਲਿਓ ਤਾਂ ਉਹ ਲੈ ਗਏ ਬਾਕੀ ਉਹਨਾਂ ਦੇ ਨਾਲ ਦੇ 3-4 ਬੰਦੇ ਜਿਹੜੇ 25 ਕਰਦੇ ਸਰ ਮਾਮਲਾ ਦਰਜ ਕਰ ਲਿਆ ਗਿਆ ਫਿਲਹਾਲ ਤਾਂ ਮੈਂ ਆਪਣੇ ਟ੍ਰੀਟਮੈਂਟ ਕਰਨ ਲਈ ਇੱਥੇ ਆ ਗਿਆ ਅਜੇ ਹੋਇਆ ਅੱਜ ਦੱਸਣਾ ਹੈਗਾ ਕਿ ਮੈਡੀਕਲ ਚੈਕਿੰਗ ਸੀ ਅੱਜ ਰਾਤੀ 12 ਤੋਂ ਲੈ ਕੇ ਸਵੇਰੇ 6 ਵਜੇ ਤੱਕ ਉਹ ਮੈਂ ਫਿਰ ਚੈਕਿੰਗ ਸਾਡੀ ਸੀਗੀ ਅਤੇ ਜਿਹੜੇ ਸਾਡੇ SHO ਦੇ ਭਾਰਗਵ ਕੈਂਪ ਉਸ ਭਗਵੰਤ ਭੁੱਲਰ ਇਹਨਾਂ ਦੀ ਡਿਊਟੀ ਸੀਗੀ 10 ਤੋਂ 2 ਅਤੇ ਜ਼ੋਨ 2 ਦੇ ਵਿੱਚ ਮਤਲਬ ਸਿਟੀ 2 ਏਰੀਆ ਸੀਗੀ ਚੈਕਿੰਗ ਅਤੇ ਉਹ ਮੈਂ ਫਿਰ ਚੈਕਿੰਗ ਕਰਦੇ ਚਲ ਜਾ ਰਿਹਾ ਸੀ ਪਰ ਮੈਨੂੰ ਪਤਾ ਕੰਟਰੋਲ ਤੋਂ ਮੈਸੇਜ ਆਇਆ ਕਿ ਜਿਹੜੇ ਭਗਵੰਤ ਹੈਗੇ ਨੇ SHO ਸਾਹਿਬ ਉਹ ਕਦੇ ਮਾਤਾ ਰਾਣੀ ਚੌਂਕ ਵਿੱਚ ਸੀਗੇ ਕਿਸੇ ਨੂੰ ਗੱਲ ਕੀਤੀ ਹੋਣੀ ਹੈ ਅਤੇ ਉਹ ਕੋਈ ਕੋਈ ਪਬਲਿਕ ਦੇ ਬੰਦੇ ਸੀ ਉਹਨਾਂ ਦੇ ਗੱਲ ਪੈ ਗਏ ਉਹਨਾਂ ਨੇ ਕਿਹਾ ਕਿ ਤੁਸੀਂ ਕਰਫਿਊ ਲੱਗਾ ਹੋਇਆ ਤੁਸੀਂ ਕਿਉਂ ਬਾਹਰ ਫਿਰਦੇ ਹੋ ਉਹ ਉਹਨਾਂ ਦੇ ਗੱਲ ਪੈ ਗਏ ਉਹ ਫਿਰ ਇਮੀਡੀਏਟਲੀ ਫਿਰ ਮੈਂ ਉਹ ਫਿਰ ਲੈ ਕੇ ਇੱਥੇ ਆ ਗਏ ਜੀ ਇੱਥੇ ਆ ਕੇ ਫਿਰ ਅਸੀਂ ਸਾਰੇ ਨਾਲ ਮੈਡੀਕਲ ਵਗੈਰਾ ਕਰਾਇਆ ਸਾਰਾ ਕੁਝ ਕਰਾਇਆ ਬਾਕੀ ਜਿਹੜੀ ਸਰਦਾ ਜਿਹੜੀ ਤੁਸੀਂ ਘਟਨਾ ਦੀ ਸੂਚਨਾ ਮਿਲਦੇ ਹੀ ਦੇਰ ਰਾਤ ਡਿਊਟੀ ਤੇ ਮੌਜੂਦ SCP ਟ੍ਰੈਫਿਕ ਹਰਵਿੰਦਰ ਸਿੰਘ ਪੱਲਾ ਵੀ ਮੌਕੇ ਤੇ ਪਹੁੰਚੇ ਅਤੇ ਉਹਨਾਂ ਨੇ SHO ਨੂੰ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ। ਉਹਨਾਂ ਦੇ ਮੁਤਾਬਿਕ ਜਿਹੜੇ ਵਿਅਕਤੀ ਨੇ ਵੀ ਅਜਿਹੀ ਹਰਕਤ ਕੀਤੀ ਹੈ ਉਸਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਸਟਾਰ ਕੈਨੇਡਾ TV ਲਈ ਜਲੰਧਰ ਤੋਂ ਪੁਨੀਤ ਅਰੋੜਾ ਦੀ ਰਿਪੋਰਟ।